ਰੂਪਨਗਰ ਬਾਈਪਾਸ ਦੇ ਉੱਤੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਮਹਿੰਦਰਾ ਪਿਕਅਪ ਗੱਡੀ ਦੇ ਚਾਲਕ ਸਹਿਤ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਦੇ ਲਈ ਮੁੱਢਲੀ ਸਹਾਇਤਾ ਦੇ ਕੇ PGI ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਦੇ ਮੁਤਾਬਿਕ ਰੂਪਨਗਰ ਬਾਈਪਾਸ ਦੇ ਉੱਤੇ ਆਕਸੀਜਨ ਸਿਲੰਡਰ ਲੈ ਕੇ ਜਾ ਰਿਹਾ ਇੱਕ ਟਰੱਕ, ਜਿਸਦਾ ਕਿ ਟਾਇਰ ਫਟਣ ਦੇ ਕਾਰਨ ਉਹ ਸੜਕ ਦੇ ਕਿਨਾਰੇ ਖੜਾ ਸੀ, ਤਾਂ ਪਿੱਛੇ ਤੋਂ ਆ ਰਹੀ ਸਬਜ਼ੀ ਲੈ ਕੇ ਮਹਿੰਦਰਾ ਪਿਕਅਪ ਗੱਡੀ ਸਿੱਧੀ ਉਸਦੇ ਨਾਲ ਟਕਰਾ ਗਈ, ਜਿਸ ਤੋਂ ਬਾਅਦ ਮਹਿੰਦਰਾ ਪਿਕਅਪ ਗੱਡੀ ਦਾ ਡਰਾਈਵਰ ਦਵਿੰਦਰ ਕੁਮਾਰ ਅਤੇ ਉਸਦਾ ਸਾਥੀ ਜਤਿੰਦਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਦੇ ਲਈ PGI ਰੈਫਰ ਕੀਤਾ ਗਿਆ। ਕਿੱਦਾਂ ਹੋਇਆ ਹਾਦਸਾ, ਕੀ ਸਥਿਤੀ ਸੀਗੀ? ਭਾਅ ਜੀ, ਮੇਰਾ ਟਾਇਰ ਫਟ ਗਿਆ ਸੀ ਇਹਦਾ, ਅਤੇ ਮੈਂ ਜੱਕ ਰਾਲ ਪਾਉਂਦੇ ਕੱਢਣ ਲੱਗਿਆ, ਠੀਕ ਹੈ ਨਾ, ਇਹਨੇ ਲਿਆ ਕੇ ਠਾਹ ਮਾਰੀ ਪਿੱਛੇ। ਆ ਤੁਸੀਂ ਦੇਖੋ ਕਿੰਨੀ ਜ਼ਬਰਦਸਤ, ਬੰਦੇ ਨੀਂਦ ਆ ਗਈ ਹੈ ਬੰਦੇ ਨੂੰ, ਇੰਨੀ ਜ਼ਬਰਦਸਤ ਗੱਡੀ ਮਾਰੀ ਹੈ ਪਿੱਛੇ, ਗੱਡੀ ਇਕੱਠੀ ਹੋ ਗਈ ਸਾਰੀ, ਤੁਸੀਂ ਹਿਸਾਬ ਲਾ ਲਓ, ਇਹਦਾ ਹਾਲ ਦੇਖੋ ਗੱਡੀ ਦੇ। ਕੀ ਸਥਿਤੀ ਹੈਗੀ ਇਹਦੇ ਵਿੱਚ, ਬੰਦੇ ਕਿੰਨੇ ਸੀਗੇ, ਕੀ ਸਥਿਤੀ? ਇਹਦੇ ਦੋ ਬੰਦੇ ਸੀ ਡਰਾਈਵਰ, ਦੋ ਪੇਸ਼ੈਂਟ ਆਏ ਸੀਗੇ, ਇੱਕ ਪੇਸ਼ੈਂਟ ਸੀ ਦਵਿੰਦਰ ਕੁਮਾਰ ਸੰਧਵ ਤਰਸੇਮ ਲਾਲ ਕਾਟਗੜ੍ਹ ਤੋਂ, ਦੂਜਾ ਸੀਗਾ ਦਵਿੰਦਰ ਸਿੰਘ ਸੰਧਵ ਮੋਹਨ ਲਾਲ ਜੀ ਕਾਟਗੜ੍ਹ ਤੋਂ। ਇਹ ਸਾਨੂੰ 108 ਐਂਬੂਲੈਂਸ ਵਾਲੇ ਲੈ ਕੇ ਆਏ ਹੈਗੇ, ਅਤੇ ਜਿਹੜਾ ਪੇਸ਼ੈਂਟ ਦਵਿੰਦਰ ਕੁਮਾਰ ਹੈਗਾ, ਇਹ ਜਿਹੜੇ ਸੀਰੀਅਸ ਹੈ, ਉਹਦਾ ਕੰਡੀਸ਼ਨ ਸੀਰੀਅਸ ਹੈਗੀ, ਹੈਡ ਇੰਜਰੀ ਹੈ, ਅਤੇ ਇਹਦੀ ਬਰੇਡਿੰਗ ਜ਼ਿਆਦਾ ਹੋ ਰਹੀ ਹੈ, ਅਤੇ ਇਹਨੂੰ ਫਟਾਫਟ ਅਸੀਂ ਫਸਟ ਐਡ ਕਰਕੇ PGI ਰੈਫਰ ਕਰਦੇ ਹਾਂ। ਦੂਜੇ ਦੀ ਦੂਜੇ ਦੀ ਜਿਹੜੀ ਸਥਿਤੀ ਹੈ, ਉਹਦੇ ਫ੍ਰੈਕਚਰ ਹੈਗੇ ਦੋਨੋਂ ਪੈਰਾਂ 'ਤੇ, ਅਤੇ ਉਹਦੇ ਥੋੜ੍ਹੀ ਇੰਜਰੀ ਜ਼ਿਆਦਾ ਹੈਗੀ ਹੈ, ਉਹਦਾ ਕਰ ਰਹੇ ਟ੍ਰੀਟਮੈਂਟ ਕਰ ਰਹੇ ਹੈਗੇ, ਅਤੇ ਉਹਨੂੰ ਅੱਗੇ ਰੈਫਰ ਕਰਨਾ ਪੈਣਾ। ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ।